वेलकम टू लर्न टू एक्चुलाइज। मैं प्रोफेसर सिमरनजीत सिंह, डॉक्टर तीरथ सिंह। सो ETT नार्ट 94, ठीक है जी, पंजाबी का मुफ्त मॉक टेस्ट असी लैके आए हैं, जो कि 100% फ्री है थोड़े वास्ते। तुसी जाके अज ही रजिस्टर करो। रजिस्टर करन लई की है, इत्थे लिखा टेस्ट लई रजिस्टर करो, इत्थे क्लिक कर देना। जिवें इत्थे तुसी क्लिक करोगे, इत्थे तुसी कर लेना एनरोल फॉर फ्री। एनरोल फॉर फ्री करन तो बाद इत्थे तुसी अपनी ईमेल ID, ठीक है जी, ਭਰ ਕੇ ਪਾਸਵਰਡ ਸੈੱਟ ਕਰਕੇ ਇਹਦੇ ਵਿੱਚ ਐਨਰੋਲ ਕਰ ਲੈਣਾ। ਦੈਨ ਤੁਸੀਂ ਜਾ ਕੇ ਇੱਥੇ ਟੈਸਟ ਦੇ ਸਕਦੇ ਹੋ। ਸੋ ਅੱਜ ਹੀ ਐਨਰੋਲ ਕਰੋ, ਰਜਿਸਟਰ ਕਰੋ ਸਾਡੇ ETT 98 ਦਾ ਜਿਹੜਾ ਪੰਜਾਬੀ ਪੇਪਰ, ਇਹ ਹੈਗਾ ਫ੍ਰੀ ਮੌਕ ਟੈਸਟ। ਦਾ ਫਾਇਦਾ ਕੀ ਹੋਏਗਾ ਇਸ ਟੈਸਟ ਦਾ? ਫਾਇਦਾ ਸਰ ਹੈਗਾ ਕਿ ਜਿਹੜੇ ਵਿਦਿਆਰਥੀ ਤਿਆਰੀ ਕਰ ਰਹੇ ਨੇ ETT 98 ਪੰਜਾਬੀ ਪੇਪਰ ਜਿਹੜਾ ਹੋਣਾ ਹੈਗਾ ਉਹਨਾਂ ਦਾ, ਤੇ ਉਹ ਆਪਣੀ ਤਿਆਰੀ ਦਾ ਜਾਇਜ਼ਾ ਲੈ ਸਕਦੇ ਨੇ ਕਿ ਕਿੰਨੇ ਉਹ ਤਿਆਰ ਨੇ। ਇਮੀਡੀਏਟ ਫੀਡਬੈਕ ਨਾਲੇ ਤੁਹਾਨੂੰ ਨਾਲ ਨਾਲ ਇਹਦੇ ਵਿੱਚ ਇਮੀਡੀਏਟ ਫੀਡਬੈਕ ਨਹੀਂ ਹੈ, ਇਹਦੇ ਵਿੱਚ ਜਦੋਂ ਕੁਐਸਚਨਸ ਉਹ ਅਟੈਂਪਟ ਕਰਨਗੇ ਸਾਰੇ, 150-150 ਲਾਸਟ ਵਿੱਚ ਉਹਨਾਂ ਨੂੰ ਫੀਡਬੈਕ ਮਿਲੇਗੀ ਕਿੰਨੇ ਉਹਨਾਂ ਨੇ ਸਹੀ ਕੀਤੇ ਨੇ, ਕਿੰਨੇ ਉਹਨਾਂ ਨੇ ਗਲਤ ਕੀਤੇ ਨੇ। ਸੋ ਇਹ ਸਾਡੇ ਜਿਹੜੇ ਐਕਸਪਰਟ ਨੇ ਪ੍ਰੋਫੈਸਰ ਬਲਜੀਤ ਸਰ, ਉਹਨਾਂ ਨੇ ਇਹ ਡਿਜ਼ਾਈਨ ਕੀਤਾ ਤੇ ਬਹੁਤ ਹੀ ਵਧੀਆ ਮੌਕ ਟੈਸਟ ਹੈਗਾ। ਉਹਨਾਂ ਨੇ ਪਿਛਲੇ ਪੇਪਰ ਜਿਹੜੇ ਆਉਂਦੇ ਆ ਉਹਨਾਂ ਦਾ ਐਨਾਲਿਸਿਸ ਕੀਤਾ ਹੈ ਔਰ ਆਪਣੀ ਜਿਹੜੀ ਕੋਗਨੇਟਿਵ ਪਾਵਰ ਵਿੱਚ ਇਨਪੁੱਟ ਕੀਤੀ ਹੈ ਕਿ ਤੁਹਾਡਾ ਮੋਸਟ ਸਿਮਿਲਰ ਐਕਸਰਸਾਈਜ਼ ਹੋ ਸਕੇ। ਪ੍ਰੋਫੈਸਰ ਬਲਜੀਤ ਸਿੰਘ ਜੀ ਨੇ BEd ਐਂਟਰੈਂਸ ਟੈਸਟ ਨੂੰ ਪੜ੍ਹਾਇਆ, ਯੂਟੀ ਦਾ ਐਗਜ਼ਾਮ ਹੋਇਆ ਅਤੇ ਬੜੇ ਬੱਚੇ ਖੁਸ਼ ਨੇ ਕਿ ਸਰ ਬਲਜੀਤ ਸਰ ਨੇ ਜੋ ਪੜ੍ਹਾਇਆ ਸੀ ਸਾਰਾ ਵਿੱਚ ਆਇਆ। ਨੋਰਮਲੀ ਇੰਨੇ ਬੱਚੇ ਖੁਸ਼ ਨਹੀਂ ਹੁੰਦੇ, ਸੋ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ। ਉਹਨਾਂ ਦੁਆਰਾ ਡਿਜ਼ਾਈਨ ਇਹ ਕੀਤਾ ਗਿਆ, ਤੁਸੀਂ ਅੱਜ ਹੀ ਜੁਆਇਨ ਕਰੋ, ਫ੍ਰੀ ਹੈ ਤਾਂ ਇੱਕ ਵੀ ਪੈਸਾ ਨਹੀਂ ਲੱਗਣਾ ਤੁਹਾਡਾ, ਠੀਕ ਹੈ? ਤੁਸੀਂ ਆਪਣੀ ਤਿਆਰੀ ਦਾ ਜਾਇਜ਼ਾ ਆਪਣੇ ਦੋਸਤ ਮਿੱਤਰ ਕਿਸੇ ਨੂੰ ਵੀ ਬਿਲਕੁਲ ਸ਼ੇਅਰ ਕਰੋ, ਠੀਕ ਹੈ ਜੀ। ਥੈਂਕ ਯੂ।